ਕਿਤੇ ਨਾ ਕਿਤੇ ਪੂਰੇ ਭਾਰਤ ਦੇ ਲੋਕਾਂ ਨੂੰ ਮਾਨਸਿਕ ਰੋਗੀ ਬਣਾ ਕੇ ਰੱਖ ਦਿੱਤਾ ਜੋਤਿਸ਼ ਵਿੱਦਿਆ ਨੇ, ਜੋਤਿਸ਼ੀਆਂ ਨੇ। ਤੇ ਸਿੱਖ ਕਦੇ ਜੋਤਿਸ਼ ਵਿੱਦਿਆ ਨੂੰ ਨਹੀਂ ਮੰਨਦਾ ਤੇ ਸਿੱਖ ਜੋਤਿਸ਼ੀਆਂ ਦੇ ਚੱਕਰ ਵਿੱਚ ਨਹੀਂ ਪੈਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ। ਜਿਹੜਾ ਸੱਚਾ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਚੱਲਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਜੋਤਿਸ਼ ਵਿੱਦਿਆ ਬਾਰੇ ਕੀ ਕਹਿੰਦੇ ਨੇ? ਮਹੱਲਾ ਤੀਜਾ, ਰਾਮਕਲੀ ਕੀ ਵਾਰ, ਅੰਗ ਨੰਬਰ 948। ਪੰਡਿਤ ਪੜ੍ਹਦੇ ਜੋਤ ਕੀ ਨਾ ਬੁੱਝੈ ਵਿਚਾਰਾ, ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ। ਤੇ ਇਹ ਤਾਂ ਸਾਰਾ ਕੁਝ ਉਹਦਾ ਖੇਲ ਹੈ ਤੇ ਪੰਡਿਤ ਜਿਹੜੇ ਨੇ ਉਹ ਜੋਤ ਕੀ ਵਿੱਦਿਆ ਪੜ੍ਹ ਪੜ੍ਹ ਕੇ ਸਾਨੂੰ ਦੱਸੀ ਜਾਂਦੇ ਨੇ। ਤੇ ਸਿੱਖ ਕਹਿੰਦਾ ਸਾਰਾ ਕੁਝ ਭਾਈ ਉਹਦੇ ਰਜਾ ਦੇ ਵਿੱਚ ਹੈ, ਅਸੀਂ ਉਹਦੇ ਭਾਣੇ ਦੇ ਵਿੱਚ ਰਹਿੰਦੇ ਹਾਂ, ਇਹ ਸਾਰਾ ਕੁਝ ਉਹਦਾ ਖੇਲ ਹੈ, ਸਾਨੂੰ ਨਹੀਂ ਜੋਤਿਸ਼ ਵਿੱਦਿਆ ਦੀ ਲੋੜ। ਪਾਤਸ਼ਾਹ ਕਹਿੰਦੇ ਨੇ ਪੜ੍ਹ ਪੰਡਿਤ ਅਵਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਉਹ ਤੂੰ ਵਿੱਦਿਆ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸਮਝਾਉਂਦਾ, ਜੋਤਿਸ਼ ਦੀ ਵਿੱਦਿਆ ਦਾ ਦੂਜਿਆਂ ਨੂੰ ਗਿਆਨ ਦਿੰਦਾ, ਤੇਰੇ ਘਰ ਖੁਦ ਅੱਗ ਲੱਗੀ ਹੋਈ ਹੈ, ਤੇਰੇ ਅੰਦਰ ਖੁਦ ਰਾਹੂ ਕੇਤੂ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹਨਾਂ ਨੂੰ ਵੀ ਤਾਂ ਵੇਖਣਾ, ਉਹਨਾਂ ਨੂੰ ਕਿਵੇਂ ਮਾਰਨਾ। ਅੱਜ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ ਪੈ ਕੇ ਲੋਕ ਮਾਨਸਿਕ ਰੋਗੀ ਹੋ ਚੁੱਕੇ ਨੇ। ਬਾਣੀ ਕਹਿੰਦੀ ਆ ਗਣਤ ਗਣੀਐ ਸਹਿਸਾ ਦੁੱਖ ਜੀਐ। ਜੇ ਤੁਸੀਂ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ ਪਾਓਗੇ, ਬੜੇ ਦੁਖੀ ਹੋ ਕੇ ਜੀਓਗੇ। ਸੋ ਇਹਨਾਂ ਗਿਣਤੀਆਂ ਦੇ ਚੱਕਰ 'ਚ ਨਹੀਂ ਪੈਣਾ। ਜੇ ਸਿੱਖ ਨੂੰ ਪੁੱਛਿਆ ਜਾਵੇ ਕਿ ਤੈਨੂੰ ਗ੍ਰਹਿ ਟਾਲਣ ਦੀ ਲੋੜ ਹੈ, ਜੇ ਤੁਹਾਨੂੰ ਕਹੇ ਕੋਈ ਹਾਂਜੀ ਅਸੀਂ ਤੁਹਾਡਾ ਗ੍ਰਹਿ ਦੂਰ ਕਰ ਦਿੰਦੇ ਹਾਂ, ਤੇ ਸਿੱਖ ਨੂੰ ਬਾਣੀ ਦਾ ਫੁਰਮਾਨ ਹੈ, ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ। ਤੇ ਗੁਰੂ ਸਾਹਿਬ ਤਾਂ ਸਾਡੇ ਆਪਣੇ ਆਪ ਹੀ ਗ੍ਰਹਿ ਨਿਵਾਰ ਦਿੰਦੇ ਨੇ ਜਦੋਂ ਅਸੀਂ ਨਾਮ ਜਪਦੇ ਹਾਂ, ਬੰਦਗੀ ਕਰਦੇ ਹਾਂ। ਕਈ ਡਰਦੇ ਹੋਏ ਪੰਡਿਤਾਂ ਕੋਲ ਜਾਂਦੇ ਨੇ ਵੀ ਸਾਡਾ ਗ੍ਰਹਿ ਟਾਲੋ, ਕਿਤੇ ਸਾਨੂੰ ਮੌਤ ਨਾ ਆ ਜਾਏ ਜੀ, ਸਾੜ ਸਤੀ ਚੜੀ ਹੋਈ ਹੈ। ਬਾਣੀ ਕੀ ਕਹਿੰਦੀ ਹੈ? ਆਗਮ ਨਿਰਗਮ ਜੋਤਕ ਜਾਣੈ, ਬਹੁ ਬਹੁ ਵਿਆਹ ਕਰਨਾ, ਤੰਤ ਮੰਤ ਸਭ ਔਖਦ ਜਾਣੈ, ਅੰਤ ਤੋਂ ਮਰਨਾ। ਜਿੰਨੇ ਮਰਜ਼ੀ ਤੰਤਰ ਮੰਤਰ ਵਿੱਦਿਆ ਗਿਣਤੀਆਂ ਮਿਣਤੀਆਂ ਜਾਣ ਲਓ, ਮਰਨਾ ਤਾਂ ਇਹਨਾਂ ਨੇ ਵੀ ਹੈ ਜਿਹੜੇ ਜੋਤਿਸ਼ ਵਿੱਦਿਆ ਜਾਣਦੇ ਨੇ। ਸੋ ਗੁਰੂ ਦਾ ਸਿੱਖ ਥਿੱਤਾਂ ਵਾਰਾਂ ਦਿਨਾਂ ਦੇ ਚੱਕਰਾਂ ਵਿੱਚ ਨਹੀਂ ਪੈਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਨੂੰ ਮੂਰਖ ਕਹਿੰਦੀ ਹੈ ਜੋ ਦਿਨਾਂ ਵਾਰਾਂ ਦੇ ਚੱਕਰਾਂ ਵਿੱਚ ਪੈਂਦਾ ਹੈ। ਸਤਿਗੁਰ ਬਾਜੋਂ ਅੰਧ ਗਵਾਰ, ਥਿੱਤੀ ਵਾਰ ਸੇਵੇ ਮੁਗਦ ਗਵਾਰ। ਇਹਨਾਂ ਜੋਤਿਸ਼ੀਆਂ ਦੇ ਚੱਕਰ 'ਚੋਂ ਨਿਕਲੋ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਕੁਛ ਨਹੀਂ ਰੱਖਿਆ ਜੋਤਿਸ਼ ਵਿੱਦਿਆ ਦੇ ਵਿੱਚ, ਨਾਮ ਜਪੋ, ਬਾਣੀ ਪੜ੍ਹੋ, ਦੂਜਿਆਂ ਦਾ ਭਲਾ ਕਰੋ, ਭਾਣੇ ਵਿੱਚ ਰਹੋ, ਸਰਬੱਤ ਦਾ ਭਲਾ ਕਰੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ। ਸਾਡੇ ਇਹ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।